ਅਮੂਮਨ ਪੰਜਾਬ ਦੀ ਸਿਆਸਤ 'ਚ ਇਸ ਤਰੀਕੇ ਨਾਲ ਦੇਖਣ ਨੂੰ ਨਹੀਂ ਮਿਲਦਾ ਕਿ ਇੱਕ ਪਾਸੇ ਡਿਊਟੀ ਜੋਤੀ ਯਾਦਵ ਹੋਰਾਂ ਦੀ ਹੋਣ, ਦੂਜੇ ਪਾਸੇ ਉੱਥੇ ਹੀ ਤੁਸੀਂ ਜਿਹੜਾ ਵੈ ਪਹੁੰਚੇ ਹੋ। ਅਤੇ ਜੋਤੀ ਆਪਣੇ ਇੱਥੇ ਡਿਊਟੀ ਕਰ ਰਹੇ ਹੈ ਅਤੇ ਉਸੀ ਜ਼ਿਲ੍ਹੇ ਦੇ ਵਿੱਚ ਮੈਨੂੰ ਫਲੈਗ ਹੋਸਟ ਕਰਨ ਦਾ ਮੌਕਾ ਮਿਲਿਆ। ਜੀ, ਜਦੋਂ ਕੈਬਨਿਟ ਮੰਤਰੀ ਦੇ ਤੌਰ 'ਤੇ ਪਹੁੰਚੇ, ਤੁਸੀਂ ਨਰਵਸ ਸੀ? ਜਿਸ ਦਿਨ ਲਿਸਟ ਆਈ ਸੀਗੀ ਉਸ ਦਿਨ ਅਸੀਂ ਦੋਨੋਂ ਫਿਰ ਬਹਿ ਕਰਕੇ ਜਦੋਂ ਡਿਸਕਸ ਕੀਤਾ ਤਾਂ ਜਿਵੇਂ ਕਿ ਹਰਜੋਤ ਦੱਸ ਰਹੇ ਸੀਗੇ ਕਿ ਉਹ ਆਪਣਾ ਕੰਮ ਕਰਨ ਅਤੇ ਮੈਂ ਆਪਣਾ ਕੰਮ ਕਰੂੰ। ਅਤੇ ਪੰਜਾਬ ਦੀ ਪ੍ਰਸ਼ਾਸਨ ਅਤੇ ਪੰਜਾਬ ਦੀ ਸਰਕਾਰ ਦੀ ਇੱਕ ਵੱਖਰੀ ਤਸਵੀਰ ਜਿਹੜੀ ਹੈ ਮੋਹਾਲੀ ਦੇ ਵਿੱਚ ਦੇਖਣ ਨੂੰ ਮਿਲੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਦੇ ਵੱਲੋਂ ਜਿੱਥੇ ਅੱਜ ਪਰੇਡ ਦੇ ਵਿੱਚ ਸ਼ਾਮਲ ਹੋਏ, ਝੰਡਾ ਲਹਿਰਾਇਆ ਗਿਆ, ਤਾਂ ਉੱਥੇ ਹੀ ਉਹਨਾਂ ਦੇ ਧਰਮ ਪਤਨੀ ਡਿਊਟੀ ਜਿਹੜੇ ਨੇ ਉੱਥੇ ਨਿਭਾ ਰਹੇ ਸੀਗੇ, ਪੁਲਿਸ ਪ੍ਰਸ਼ਾਸਨ ਦੇ ਵਿੱਚ ਨੇ ਔਰ SP ਇਨਵੈਸਟੀਗੇਸ਼ਨ ਦੇ ਤੌਰ 'ਤੇ ਨਿਭਾ ਰਹੇ ਸੀਗੇ। ਇੱਕ ਵੱਖਰੀ ਤਸਵੀਰ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਅਮੂਮਨ ਪੰਜਾਬ ਦੀ ਸਿਆਸਤ 'ਚ ਇਸ ਤਰੀਕੇ ਨਾਲ ਦੇਖਣ ਨੂੰ ਨਹੀਂ ਮਿਲਦਾ ਕਿ ਇੱਕ ਪਾਸੇ ਡਿਊਟੀ ਜੋਤੀ ਯਾਦਵ ਹੋਰਾਂ ਦੀ ਹੋਣ, ਦੂਜੇ ਪਾਸੇ ਉੱਥੇ ਹੀ ਤੁਸੀਂ ਜਿਹੜਾ ਵੈ ਪਹੁੰਚੇ ਹੋ। ਜੀ, ਮੈਂ ਤਾਂ ਇਹ ਸਮਝਦਾ ਕਿ ਪਰਮਾਤਮਾ ਦੀ, ਪਰਮੇਸ਼ਰ ਦੀ ਬਹੁਤ ਕਿਰਪਾ ਹੈ। ਪਹਿਲੀ ਗੱਲ ਤਾਂ ਮੇਰੇ ਵਰਗਾ ਹੀ ਕੰਮ ਕਰਦਾ ਨੌਜਵਾਨ, ਪੰਜਾਬ ਦਾ ਸਭ ਤੋਂ ਨੌਜਵਾਨ ਕੈਬਨਿਟ ਮੰਤਰੀ ਬਣ ਕੇ ਅੱਜ ਆਪਣੀ ਸੇਵਾ ਨਿਭਾ ਰਿਹਾ। ਹਰ ਰੋਜ਼ ਪਰਮਾਤਮਾ ਦਾ ਧੰਨਵਾਦ ਕਰਦਾ, ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ, ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ, ਕਿਉਂਕਿ ਮੈਂ ਅਕਸਰ ਇਹ ਕਹਿੰਦਾ ਕਿ ਇਹ ਕੁਰਸੀ ਅਤੇ ਇਹ ਘਰ ਇਹ ਸਭ ਕੁਝ ਕਿਰਾਏ 'ਤੇ ਹੈ ਅਤੇ ਇਸ ਦਾ ਅਸਲੀ ਜੋ ਮਕਾਨ ਮਾਲਕ ਨੇ ਉਹ ਲੋਕ ਨੇ, ਉਹਨਾਂ ਦੇ ਹੱਥ ਪਾਵਰ ਹੁੰਦੀ ਹੈ ਅਤੇ ਆਲਵੇਜ਼ ਗ੍ਰੇਟਫੁਲ ਟੂ ਡੈਮ। ਅਤੇ ਦੂਜੀ ਗੱਲ ਇਹ ਵੀ ਆਪਣੇ ਆਪ 'ਚ ਦੇਸ਼ 'ਚ ਜੋ ਤੁਸੀਂ ਆਖਿਆ ਵਾਕਈ ਇੱਕ ਮਿਸਾਲ ਹੈ ਕਿ ਅਤੇ ਜੋਤੀ ਆਪਣੇ ਇੱਥੇ ਡਿਊਟੀ ਕਰ ਰਹੇ ਹੈ ਅਤੇ ਉਸੀ ਜ਼ਿਲ੍ਹੇ ਦੇ ਵਿੱਚ ਮੈਨੂੰ ਫਲੈਗ ਹੋਸਟ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਆਲਵੇਜ਼ ਥੈਂਕਫੁਲ ਟੂ ਗੋਡ। ਪਰਮਾਤਮਾ ਦੀ ਬਹੁਤ ਬਖਸ਼ਿਸ਼ ਹੈ ਅਤੇ ਇਹੀ ਅਰਦਾਸ ਹੈ ਪਰਮਾਤਮਾ ਦੇ ਚਰਨਾਂ 'ਚ ਕਿ ਅਸੀਂ ਆਪਣੀ ਡਿਊਟੀ 'ਤੇ, ਮੈਂ ਆਪਣਾ ਜਿਹੜਾ ਮੇਰਾ ਫਰਜ਼ ਬਣਦਾ ਉਹ ਅਸੀਂ ਨਿਭਾ ਸਕੀਏ ਆਪਣੇ ਲੋਕਾਂ ਲਈ, ਪੰਜਾਬ ਲਈ, ਆਪਣੇ ਦੇਸ਼ ਲਈ ਅਤੇ ਸਦਾ ਹੀ ਦੇਸ਼ ਲਈ ਕੁਛ ਚੰਗਾ ਕਰ ਸਕੀਏ। ਜੋਤ ਜੀ, ਜਦੋਂ ਕੈਬਨਿਟ ਮੰਤਰੀ ਦੇ ਤੌਰ 'ਤੇ ਪਹੁੰਚੇ, ਤੁਸੀਂ ਨਰਵਸ ਸੀ ਜਾਂ ਤੁਹਾਨੂੰ ਲੱਗ ਰਿਹਾ ਸੀ ਕਿ ਡਿਊਟੀ ਆਪਣੀ ਤਰੀਕੇ ਨਾਲ ਨਿਭਾਉਣੀ ਹੈ, ਪ੍ਰੋਟੋਕੋਲ ਵੀ ਦੇਖਣਾ, ਕਿਸ ਤਰੀਕੇ ਦੇ ਨਾਲ ਹੁੰਦਾ, ਮਨ 'ਚ ਕੀ ਚੱਲ ਰਿਹਾ ਹੁੰਦਾ? ਜਿਸ ਦਿਨ ਲਿਸਟ ਆਈ ਸੀਗੀ ਉਸ ਦਿਨ ਅਸੀਂ ਦੋਨੋਂ ਫਿਰ ਬਹਿ ਕਰਕੇ ਜਦੋਂ ਡਿਸਕਸ ਕੀਤਾ ਤਾਂ ਜਿਵੇਂ ਕਿ ਹਰਜੋਤ ਦੱਸ ਰਹੇ ਸੀਗੇ ਕਿ ਉਹ ਆਪਣਾ ਕੰਮ ਕਰਨ ਅਤੇ ਮੈਂ ਆਪਣਾ ਕੰਮ ਕਰੂੰ। ਅਤੇ ਆਹੀ ਸੀਗਾ, ਨਰਵਸਨੈਸ ਤਾਂ ਨਹੀਂ, ਬਟ ਹਾਂਜੀ ਇੱਕ ਵੱਖਰੇ ਤੌਰ ਦੀ ਫੀਲਿੰਗ ਹੁੰਦੀ ਹੈ, ਪ੍ਰਾਊਡ ਫੀਲਿੰਗ ਵੀ ਹੁੰਦੀ ਹੈ ਕਿ ਮੇਰੇ ਹਸਬੈਂਡ ਨੇ, ਅਤੇ ਦੂਜਾ ਹੈਪੀਨੈਸ ਵਾਲੀ ਫੀਲਿੰਗ ਵੀ ਕਿ ਪੂਰੀ ਫੈਮਿਲੀ ਨਾਲ ਸੀਗੀ, ਅਤੇ ਆਹੀ ਦੋਨੋਂ ਇਮੋਸ਼ਨ ਸੀਗੇ, ਹੈਪੀਨੈਸ ਅਤੇ ਪ੍ਰਾਊਡ ਵਾਲਾ। ਛੁੱਟੀ ਤਾਂ ਨਹੀਂ ਮੰਗੀ ਜੋ ਤੁਹਾਡਾ ਨਾਮ ਆਇਆ ਕਿ ਛੁੱਟੀ ਕਰਵਾ ਦਿਓ ਕਿਸੇ ਤਰੀਕੇ ਦੇ ਨਾਲ, ਮੈਂ ਡਿਊਟੀ ਨਾ ਜਾਵਾਂ? ਨਹੀਂ ਨਹੀਂ, ਮੈਂ ਤਾਂ ਉਹੀ ਕਿ ਅਸੀਂ ਦੋਨੋਂ ਹੀ ਬਹਿ ਕਰਕੇ ਆਹੀ ਵਾਲਾ ਸਾਡਾ ਸੀਗਾ ਕਿ ਉਹ ਆਪਣਾ ਕੰਮ ਕਰੇ, ਬਿਕੋਜ਼ ਦਿਸ ਵਾਜ਼ ਪਾਰਟ ਆਫ ਹਿਸ ਡਿਊਟੀ ਐਂਡ ਮੈਂ ਆਪਣਾ ਕੰਮ ਕਰ ਰਹੀ ਸੀਗੀ, ਤੋ ਆਈ ਵਾਜ਼ ਡੂਇੰਗ ਮਾਈ ਡਿਊਟੀ, ਤਾਂ ਦੋਨੋਂ ਹੀ ਆਪਣਾ ਆਪਣਾ ਕੰਮ ਕਰ ਰਹੇ ਸੀਗੇ। ਤੋ ਆਈ ਥਿੰਕ ਇਟ ਵਾਜ਼ ਅ ਰੇਅਰ ਮੂਮੈਂਟ ਫੋਰ ਬੋਥ ਆਫ ਅਸ ਆਲਸੋ, ਅ ਪ੍ਰਾਊਡ ਮੂਮੈਂਟ ਪੂਰੇ ਪਰਿਵਾਰ ਦੇ ਲਈ ਅਤੇ ਦੋਨੋਂ ਦੇ ਲਈ ਇੱਕ ਮੈਮੋਰੇਬਲ ਪੁਆਇੰਟ ਵੀ। ਸਾਡੇ ਪ੍ਰੋਟੋਕੋਲ ਕਿਵੇਂ ਧਿਆਨ 'ਚ ਰੱਖਿਆ ਜਦੋਂ ਮੰਤਰੀ ਦੇ ਤੌਰ 'ਤੇ ਧਿਆਨ 'ਚ ਰੱਖਿਆ, ਹਸਬੈਂਡ ਦੇ ਤੌਰ 'ਤੇ ਧਿਆਨ 'ਚ? ਨਹੀਂ ਜੀ, ਇੱਥੇ ਤਾਂ ਜਦੋਂ ਯੂਨੀਫਾਰਮ ਪਾਈ ਹੋਏ ਐਂਡ ਜਦੋਂ ਹਰਜੋਤ ਐਸ ਕੈਬਨਿਟ ਮਿਨਿਸਟਰ ਹੈ ਅਤੇ ਪ੍ਰੋਟੋਕੋਲ ਕਮਸ ਫਸਟ, ਫੈਮਿਲੀ ਵਾਲਾ ਸਾਡਾ ਘਰ ਹੀ ਹੈਗਾ। ਸਰ ਕਹਿ ਕੇ ਬੁਲਾਇਆ ਤੁਸੀਂ ਇਹਨਾਂ ਨੂੰ? ਜੀ ਇੱਥੇ ਤਾਂ ਸਰ ਹੀ ਕਹਿਣਾ ਬਣਦਾ ਹੈ ਜੀ ਮੇਰਾ। ਜੀ ਮੰਤਰੀ, ਤੁਹਾਡੇ ਮਨ 'ਚ ਕਿਵੇਂ ਸੀ ਜਦੋਂ ਜੋਤੀ ਸਾਹਮਣੇ ਤੁਸੀਂ ਯੂਨੀਫਾਰਮ 'ਚ ਦੇਖਿਆ ਔਰ ਉਸੇ ਜਗ੍ਹਾ 'ਤੇ ਤੁਸੀਂ ਐਸ ਏ ਮਿਨਿਸਟਰ ਆਏ, ਤੁਹਾਡੇ ਲਈ ਕਿਵੇਂ ਸੀ? ਨਰਵਸ ਸੀ ਜਾਂ ਸ਼ਾਈ ਸੀ ਜਾਂ ਐਕਸਾਈਟਮੈਂਟ ਸੀ? ਮੈਂ ਤੁਹਾਨੂੰ ਇਹ ਦੱਸੂਗਾ ਜੀ,
ਜੋਤੀ ਦੇ ਨਾਲ ਵਿਆਹ ਤੋਂ ਬਾਅਦ, ਜਿਵੇਂ ਮੈਂ ਤਾਂ ਇਸ ਤੋਂ ਪਹਿਲਾਂ ਵਕੀਲ ਰਿਹਾ, ਤਾਂ ਤੁਹਾਨੂੰ ਪਤਾ ਐਜ਼ ਅ ਲੋਇਰ ਜਿਹੜਾ ਹੈ ਤੁਸੀਂ, ਅਤੇ ਮੈਂ ਹਮੇਸ਼ਾ ਕ੍ਰਿਮੀਨਲ ਪ੍ਰੈਕਟਿਸ ਕੀਤੀ ਹੈ, ਤਾਂ ਐਜ਼ ਅ ਲੋਇਰ ਮੇਰਾ ਹਮੇਸ਼ਾ ਪੁਲਿਸ ਦੇ ਨਾਲ ਇੱਕ ਡਿਫਰੈਂਟ ਨਜ਼ਰੀਆ ਸੀਗਾ। ਪਰ ਦੋਸਤ, ਮੈਂ ਇੱਕ ਤੁਹਾਨੂੰ ਗੱਲ ਦੇਖਦਾ ਕਿ ਹੁਣ ਆਲਮੋਸਟ 1 ਸਾਲ ਹੋ ਗਿਆ, ਅਤੇ ਥਰੂ ਜੋਤੀ ਮੈਨੂੰ ਇੱਕ ਪੁਲਿਸਿੰਗ ਦੀ ਵਰਕਿੰਗ ਦਾ ਪਤਾ ਲੱਗਿਆ, ਅਤੇ ਅਸੀਂ ਅਕਸਰ ਉਹ ਦੇਖ ਨਹੀਂ ਪਾਉਂਦੇ ਕਿ ਕਿਵੇਂ, ਚਾਹੇ ਮੰਤਰੀ ਹੋਣ, MLA ਹੋਣ, ਜਾਂ ਆਮ ਲੋਕਾਂ ਲਈ, ਈਵਨ ਸਾਡੀ ਸੁਰੱਖਿਆ ਲਈ ਇਹ ਲੋਕ ਕਿੰਨਾ ਕੁਛ ਕਰਦੇ ਨੇ। ਨਾ ਇਹ ਠੰਡ ਦੇਖਦੇ ਨੇ, ਨਾ ਮੀਂਹ ਦੇਖਦੇ ਨੇ, ਨਾ ਸਮਾਂ ਦੇਖਦੇ ਨੇ। ਬਹੁਤ ਸਾਰੇ ਮੈਨੂੰ ਦੱਸਦੇ ਕਿ ਥਰੂ ਜੋਤੀ ਮੰਨਣ ਨੂੰ ਪਤਾ ਮੇਲਾ ਲੱਗਿਆ ਕਿ ਇੱਦਾਂ ਦੇ ਵੀ ਪੁਲਿਸ ਦੇ ਵਿੱਚ ਇੱਦਾਂ ਦੇ ਵੀ ਮੁਲਾਜ਼ਮ ਹੈ ਜਿਹਨਾਂ ਨੂੰ 3-3 ਸਾਲ ਤੋਂ ਛੁੱਟੀ ਨਹੀਂ ਮਿਲੀ। ਯਾਨੀ ਤੁਸੀਂ ਉਹ, ਪਰ ਉਹ ਕਿਉਂ? ਸੂਬੇ ਦੀ ਸੁਰੱਖਿਆ ਦੇ ਲਈ। ਸੋ ਇੱਕ ਰਿਸਪੈਕਟ ਬਹੁਤ ਵਧੀਆ, ਯੂਨੀਫਾਰਮ ਦੀ ਰਿਸਪੈਕਟ ਬਹੁਤ ਵਧੀਆ। ਤਾਂ ਜਿੱਥੇ ਵੀ ਹੁਣ ਮੈਂ ਯੂਨੀਫਾਰਮ ਦੇਖਦਾ, ਚਾਹੇ ਕੋਈ ਵੀ ਰੈਂਕ ਹੋਵੇ, ਚਾਹੇ ਲੋਏਸਟ ਰੈਂਕ ਟੂ ਅਬਵ ਰੈਂਕ, DG ਰੈਂਕ ਤੱਕ, ਯੂਨੀਫਾਰਮ ਨੂੰ ਆਪਾਂ ਨੂੰ ਬਹੁਤ ਇੱਜ਼ਤ ਕਰਨੀ ਚਾਹੀਦੀ ਹੈ। ਸਿਰਫ 2-4 ਲੋਕਾਂ ਦੇ ਪ੍ਰਤੀ ਜਿਹੜਾ ਹੈ, ਉਹਨਾਂ ਕਰਕੇ ਆਪਾਂ ਅਕਸਰ ਕਈ ਵਾਰੀ ਬਹੁਤ ਹਲਕੇ 'ਚ ਲੈ ਲੈਂਦੇ ਹਾਂ ਪੁਲਿਸ ਨੂੰ, ਬਟ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ, ਅਗਰ ਸਮਾਜ ਦੇ ਵਿੱਚ ਲੋਅ ਐਂਡ ਆਰਡਰ ਬਣਿਆ ਹੋਇਆ, ਇਸ ਵਕਤ ਅਮਨ ਸ਼ਾਂਤੀ ਹੈ, ਅਤੇ ਬਹੁਤ ਬਹੁਤ ਵੱਡਾ ਤਿਆਗ ਹੈ ਪੁਲਿਸ ਨੂੰ। ਇੱਕ ਲਾਸਟ ਸਵਾਲ, ਘਰ ਦੇ ਅੰਦਰ ਤੁਸੀਂ ਕਿਹਾ ਕਿ ਜਦੋਂ ਪਤਾ ਲੱਗਾ ਕਿ ਇੱਕੋ ਜ਼ਿਲ੍ਹੇ 'ਚ ਤੁਹਾਡੀ ਡਿਊਟੀ ਹੋਣਗੀ, ਇਹ ਜਾਣਗੇ, ਡਿਸਕਸ਼ਨ ਕਿਵੇਂ ਦੀ ਹੁੰਦੀ ਹੈ ਜਦੋਂ ਹੁੰਦੀ ਹੈ? ਪੋਲੀਟੀਕਲ ਇਹ ਜ਼ਿਆਦਾ ਡਿਸਕਸ਼ਨ ਕਰਦੇ ਹੈ ਜਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਜ਼ਿਆਦਾ ਡਿਸਕਸ਼ਨ ਕਰਦੇ ਹੋ, ਔਰ ਜ਼ਿਆਦਾ ਜਲਦੀ ਕਹਿੰਦੀ ਹੈ? ਪੋਲੀਟੀਕਲ ਤਾਂ ਨਹੀਂ, ਬਟ ਐਜੂਕੇਸ਼ਨ ਬਾਰੇ ਕਾਫੀ ਜ਼ਿਆਦਾ ਸਾਡੀ ਗੱਲਾਂ ਹੁੰਦੀ ਹੈ, ਅਤੇ ਹਜੋਤ ਤਾਂ ਆਲਵੇਜ਼ ਉਹੀ ਸੋਚਦੇ ਰਹਿੰਦੇ ਕਿ ਹੁਣ ਹੋਰ ਕੀ ਕਰ ਸਕਦੇ, ਜਿਵੇਂ ਕਿ ਬੱਚਿਆਂ ਦੇ ਲਈ ਅਸੀਂ, ਬੱਚੇ ਦੇ ਭਵਿੱਖ ਲਈ ਅਸੀਂ ਕੁਛ ਕਰ ਸਕਦੇ ਹੁਣ। ਐਂਡ ਲਾਈਕ ਹੀ ਸੈਡ ਕਿ ਮੇਰੇ ਵਰਕ ਵਾਈਜ਼ ਤਾਂ ਹੀ ਇਜ਼, ਮਤਲਬ ਸੀਇੰਗ, ਹੀ ਇਜ਼ ਵਿਟਨੈਸਿੰਗ ਐਵਰੀਥਿੰਗ, ਤਾਂ ਸਾਡਾ ਕੰਮ ਬਾਰੇ ਜ਼ਿਆਦਾ ਡਿਸਕਸ਼ਨ ਹੁੰਦੇ ਨੇ ਦੋਨਾਂ ਦੀ, ਆਈ ਥਿੰਕ। ਠੀਕ ਹੈ, ਥੈਂਕ ਯੂ। ਤਾਂ ਇੱਕ ਮਿਸਾਲ ਹੈ ਇਹ ਜੋੜੀ, ਇੱਕ ਵੱਖਰੇ ਤਰੀਕੇ ਦੀ ਮਿਸਾਲ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ, ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਇੱਕ ਘਰ ਦੇ ਅੰਦਰ ਤਾਲਮੇਲ ਅਤੇ ਬਾਹਰ ਕਿਸ ਤਰੀਕੇ ਨਾਲ ਡਿਊਟੀ ਨਿਭਾਉਣੀ ਹੈ ਉਹ ਦੇਖਣ ਨੂੰ ਮਿਲਿਆ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਮੋਹਾਲੀ।